ਉਹਦੇ ਮੋਦੀ ਨੇ ਇੱਕ ਨੂੰ ਵਾਪਸ ਲਿਆ, ਬਹੁਤ ਖੁਸ਼ੀ ਜੀ ਹੋਈ ਸਾਨੂੰ ਜੀ। ਅਸੀਂ ਬਹੁਤ ਭੰਗੜੇ ਪਾਉਂਦੇ ਫਿਰ ਪਿੰਡਾਂ ਵੱਲ ਆਏ ਤੇ ਅੱਜ ਉਹਦਾ ਅਸੀਂ ਫਤਿਹ ਦਿਵਸ ਮਨਾ ਰਹੇ ਹਾਂ। ਅਸੀਂ ਉੱਥੋਂ ਅੰਦੋਲਨ ਜਿੱਤ ਚੁੱਕੇ ਸੀਗੇ, ਅਸੀਂ ਉਦੋਂ ਬਾਅਦ ਆਪਦੇ ਵੀ ਪਿੰਡ ਵੀ ਜਦੋਂ ਚਾਲੇ ਪਾਏ ਤੇ ਅਸੀਂ ਵੀ ਸੋਚਿਆ ਵੀ ਜਿਵੇਂ ਅਸੀਂ ਜਿਹੜੀ ਸਾਡੀ ਉੱਥੇ ਯਾਦਗਾਰ ਸੀਗੀ ਵੀ ਅਸੀਂ ਇੱਥੇ ਵੀ ਐਵੇਂ ਉਸ ਤਰ੍ਹਾਂ ਦੀ ਯਾਦਗਾਰੀ ਇੱਥੇ ਬਣਾਈਏ। ਤੇ ਅਸੀਂ ਉੱਥੋਂ ਸਾਰੇ ਜਿੰਨੇ ਵੀ ਸਾਰੇ ਸਾਡਾ ਪਿੰਡ ਜਿਸ ਵਾਲੇ ਵਾਸੀ ਸੀਗੇ, ਅਸੀਂ ਸਾਰਿਆਂ ਨੂੰ ਕਿਹਾ ਵੀ ਆਪਾਂ ਸਾਰਾ ਸਮਾਨ ਉੱਥੇ ਪਿੰਡ ਹੀ ਲੈ ਕੇ ਆਉਣਾ ਵਾਪਸ, ਜਿਵੇਂ ਆਪਾਂ ਇੱਥੇ ਕਿਸੇ ਨੂੰ ਦੇਣਾ ਨਹੀਂ ਇਹ, ਵੀ ਅਸੀਂ ਉੱਥੇ ਜਾ ਕੇ ਵਾਪਸ ਜਾ ਕੇ ਇਹਦੇ ਨਾਲ ਦੀ ਇਸੇ ਤਰ੍ਹਾਂ ਦਿੱਲੀ ਨਾਲ ਦੀ ਝੁੱਗੀ ਆਪਾਂ ਉੱਥੇ ਬਣਾਉਣੀ ਆ ਵੀ ਜਿਹੜੀ ਆਪਣੀ ਯਾਦਗਾਰੀ ਸਾਡੇ ਬੱਚੇ ਦੇਖ ਸਕਣ ਵੀ ਕੱਲ੍ਹ ਨੂੰ ਵੀ ਸਾਨੂੰ ਵੀ ਇਹ ਚੀਜ਼ ਨੂੰ ਯਾਦ ਰੱਖਣ ਸਕਣ ਵੀ ਉੱਥੇ ਕਿੰਨੇ ਲੋਕ ਕਿਸਾਨਾਂ ਦੀ ਸ਼ਹੀਦ ਹੋਏ, ਕਿੰਨੇ ਕਿਸਾਨ ਅਤੇ ਵੀ ਕਿੰਨੇ ਲੱਖਾਂ ਦਾ ਰੁਪਈਆ ਖਰਚ ਹੋਇਆ ਪਰ ਵੀ ਮੋਦੀ ਨੂੰ ਉਦੋਂ ਬਾਅਦ ਉਹਨਾਂ ਨੇ ਝੁਕਾ ਲਿਆ। ਬਹੁਤ ਸਾਡੇ 'ਤੇ ਵੀ ਆਫਤਾਂ ਆਈਆਂ। ਇਹ ਤਾਇਆ ਜੀ ਦਾ ਜਦੋਂ ਝੁੱਗੀ ਚੋਂ ਆਇਆ ਸੀ ਬਾਹਰ ਛੜਕਦੇ ਸੀ ਅਤੇ ਢੱਠੇ ਨੇ ਢਿੱਡ ਪਾੜਤਾ ਜੀ, ਅਤੇ ਬਹੁਤ ਮਸਾਂ ਹੀ ਬਚੇ ਇਹ ਜੀ। ਅਸੀਂ ਮਲੋਟ ਲਾਈਵ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਰਾਮ ਕੁਮਾਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਪਹੁੰਚੇ ਹੋਏ ਹਾਂ ਮਲੋਟ ਦੇ ਪਿੰਡ ਥੇੜੀ ਭਾਈਕੀ ਵਿੱਚ। ਤੁਸੀਂ ਵੇਖ ਸਕਦੇ ਹੋ ਇਸ ਵੇਲੇ ਮੈਂ ਜਿਹੜੀ ਜਗ੍ਹਾ 'ਤੇ ਆਇਆ ਹੋਇਆਂ। ਅੱਜ ਦਾ ਦਿਨ ਪੰਜਾਬ ਅਤੇ ਪੰਜਾਬੀਅਤ ਦੇ ਲਈ ਬਹੁਤ ਖਾਸ ਹੈ, ਅੱਜ ਦਾ ਦਿਨ ਬਹੁਤ ਮਾਇਨੇ ਰੱਖਦਾ ਹੈ, ਕਿਉਂ ਜੋ ਮੈਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਅੱਜ ਦੇ ਦਿਨ 19 ਨਵੰਬਰ ਵਾਲੇ ਦਿਨ ਕਿਸਾਨ ਜਿਹੜੇ ਦਿੱਲੀ ਤੋਂ ਖੁਸ਼ੀ ਦੇ ਵਿੱਚ ਝੂਮ ਰਹੇ ਸਨ, ਕਾਰਨ ਸੀ ਕਿ ਅੱਜ ਦਾ ਦਿਨ ਜਿਹੜੇ 3 ਮਾਰੂ ਕਾਲੇ ਕਾਨੂੰਨ ਲਾਗੂ ਕੀਤੇ ਗਏ ਸੀ ਬੀਜੇਪੀ ਸਰਕਾਰ ਦੇ ਵੱਲੋਂ, ਉਹਨਾਂ ਨੂੰ ਰੱਦ ਕਰਨ ਦੀ ਕਾਲ ਸੀ ਜਿਹੜੀ ਉਹ ਦਿੱਤੀ ਗਈ ਸੀ। ਸੋ ਇਸ ਦਿਨ ਬਹੁਤ ਭੰਗੜੇ ਪਏ ਸਨ ਅਤੇ ਨਾਲ ਹੀ ਬੜੀ ਖੁਸ਼ੀ ਮਨਾਈ ਗਈ ਸੀ। ਸੋ ਅੱਜ ਫਿਰ ਤੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਕਾਲ ਆਈ ਆ ਕਿ ਆਪਾਂ ਪੂਰੇ ਪੰਜਾਬ ਦੇ ਵਿੱਚ ਅੱਜ ਦੇ ਦਿਨ ਦੀਵੇ ਬਾਲਣੇ ਨੇ ਅਤੇ ਉਸੇ ਤਰ੍ਹਾਂ ਨਾਲ ਹੀ ਖੁਸ਼ੀ ਜਿਹੜੀ ਆ ਉਹ ਜ਼ਾਹਿਰ ਕਰਨੀ ਆ। ਸੋ ਅੱਜ ਪਿੰਡ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੈ ਤੁਸੀਂ ਵੇਖ ਸਕਦੇ ਹੋ, ਸਾਰੇ ਪਿੰਡ ਵਾਸੀ ਮੇਰੇ ਨਾਲ ਇਸ ਵੇਲੇ ਮੌਜੂਦ ਨੇ। ਉਹਨਾਂ ਦੇ ਹੱਥਾਂ ਦੇ ਵਿੱਚ ਜੋ ਬੈਨਰ ਨੇ, ਮੈਂ ਕਹੂੰਗਾ ਕੈਮਰਾਮੈਨ ਹਰਸ਼ਦੀਪ ਸਿੰਘ ਜੀ ਨੂੰ ਕਿ ਕੈਮਰੇ ਨੂੰ ਇਸ ਫੋਟੋ 'ਤੇ ਲਿਜਾਂਦਾ ਜਾਵੇ ਅਤੇ ਇਹਦੇ ਵਿੱਚ ਜੋ ਵੀ ਗੱਲਾਂ ਲਿਖੀਆਂ ਨੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹੂੰਗਾ। ਕਿਸਾਨ ਫਤਿਹ ਦਿਵਸ ਦੀਆਂ ਲੱਖ ਲੱਖ ਵਧਾਈਆਂ। ਸੰਯੁਕਤ ਕਿਸਾਨ ਮੋਰਚੇ ਵੱਲੋਂ ਭਲਕੇ 19 ਨਵੰਬਰ ਨੂੰ ਫਤਿਹ ਦਿਵਸ ਮਨਾਉਣ ਦਾ ਐਲਾਨ, ਘਰਾਂ ਵਿੱਚ ਦੀਪਮਾਲਾ ਕਰਨ ਦਾ ਸੱਦਾ ਦਿੱਤਾ ਗਿਆ ਹੈ। ਸੋ 19 ਨਵੰਬਰ ਦਾ ਦਿਨ ਤੁਸੀਂ ਸਮਝ ਸਕਦੇ ਹੋ ਕਿ ਅੱਜ ਦੇ ਦਿਨ ਕਿਸਾਨੀ ਦੇ ਲਈ ਕਿੰਨਾ ਮਹੱਤਵਪੂਰਨ ਹੈ ਅਤੇ ਅਸੀਂ ਸਭ ਨਾਲ ਇੱਕ ਇੱਕ ਕਰਕੇ ਗੱਲ ਕਰਾਂਗੇ ਅਤੇ ਉਹਨਾਂ ਦੀਆਂ ਕੀ ਭਾਵਨਾਵਾਂ ਨੇ ਇਸ ਦਿਨ ਦੇ ਲਈ ਉਹ ਸਭ ਆਪਾਂ ਸਾਂਝੀਆਂ ਕਰਾਂਗੇ। ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਰਦਾਰ ਜੀ, ਅੱਜ ਦਾ ਦਿਨ ਆਪਾਂ ਨੂੰ ਕਾਲ ਆਈ ਸੀ ਕਿ ਆਪਾਂ ਜਿਹੜੀ ਫਤਿਹ ਹਾਸਲ ਕਰ ਲਈ ਆ, ਤੁਸੀਂ ਉਸ ਵੇਲੇ ਉੱਥੇ ਸੀ? ਹਾਂ ਜੀ, ਅਸੀਂ ਉੱਥੇ ਸੀ। ਪਹਿਲਾਂ ਤਾਂ ਆਪਾਂ ਉਹੀ ਜਿਹੜੀ ਯਾਦ ਆ ਉਹ ਤਾਜ਼ੀ ਕਰਾਂਗੇ ਕਿ ਕਿਵੇਂ ਮਹਿਸੂਸ ਹੋਇਆ ਸੀ, ਕੀ ਗੱਲਬਾਤ ਸੀ ਸਾਰੀ, ਆਪਾਂ ਉਸੇ ਮਾਹੌਲ 'ਚ ਵਾਪਸ ਜਾਣਾ ਚਾਹੁੰਦੇ ਹਾਂ ਅੱਜ। ਉਦੋਂ ਮੋਦੀ ਨੇ ਇੱਕ ਨੂੰ ਵਾਪਸ ਲਿਆ, ਬਹੁਤ ਖੁਸ਼ੀ ਜੀ ਹੋਈ ਸਾਨੂੰ ਜੀ। ਅਸੀਂ ਬਹੁਤ ਭੰਗੜੇ ਪਾਉਂਦੇ ਫਿਰ ਪਿੰਡਾਂ ਵੱਲ ਆਏ ਅਤੇ ਅੱਜ ਉਹਦਾ ਅਸੀਂ ਫਤਿਹ ਦਿਵਸ ਮਨਾ ਰਹੇ ਹਾਂ। ਇੱਕ 2 ਸਾਲ ਹੋ ਗਏ, ਸਾਲ ਹੋ ਗਿਆ ਮੋਦੀ ਨੂੰ। ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਆਈ ਹੈ ਕਿ ਅੱਜ ਦੀਵੇ ਬਾਲਾਂਗੇ ਅਤੇ ਨਾਲ ਹੀ ਖੁਸ਼ੀ ਜ਼ਾਹਿਰ ਹੋਣੀ ਆ, ਸਭ ਨੂੰ ਤੁਹਾਡੇ ਵੱਲੋਂ ਵੀ ਅੱਜ ਇਹੀ ਮੈਸੇਜ ਆ, ਇਹੀ ਸਭ ਉਹਨਾਂ ਤੁਹਾਡੇ ਮਨ ਦੇ ਵਿੱਚ ਵੀ ਇਹੀ ਹੈ ਕਿ ਚਲੋ ਕਰਨੀ ਚਾਹੀਦੀ ਹੈ ਖੁਸ਼ੀ, ਕੋਈ ਹੋਰ ਦੌਰ ਆਏ ਤਾਂ ਨਹੀਂ? ਨਹੀਂ ਨਹੀਂ, ਖੁਸ਼ੀ ਮਨਾਉਣੀ ਚਾਹੀਦੀ ਹੈ। ਕਿਸਾਨ ਯੂਨੀਅਨ ਏਕਤਾ ਆਗਰਾਹਾਂ ਵੱਲੋਂ ਸਾਨੂੰ ਕਾਲ ਆਈ ਸੀ ਵੀ ਖੁਸ਼ੀਆਂ ਮਨਾਓ, ਭੰਗੜੇ ਪਾਓ ਪੂਰੇ। ਅੱਜ ਇੱਦਾਂ ਦਿਨ ਮੋਦੀ ਨੇ ਆਪਣੇ ਕਾਨੂੰਨ ਵਾਪਸ ਕਰੇ। ਸੋ ਮੈਂ ਕਹੂੰਗਾ ਕੈਮਰਾਮੈਨ ਨੂੰ ਕਿ ਇੱਕ ਵਾਰੀ ਸਾਰਾ ਮਾਹੌਲ ਵਿਖਾਇਆ ਜਾਵੇ। ਮੇਰੇ ਪਿੱਛੇ ਜੋ ਰਹਿਣ ਬਸੇਰਾ ਬਣਾਇਆ ਗਿਆ ਉਹਦੇ 'ਤੇ ਵੀ ਜਿਹੜੀ ਤਸਵੀਰਾਂ ਜਿਹੜੀਆਂ ਉਹ ਵਿਖਾਈਆਂ ਜਾਣ। ਸਾਰਾ ਜਿਹੜਾ ਇੱਥੇ ਇਨਵਾਇਰਮੈਂਟ ਕ੍ਰੀਏਟ ਕੀਤਾ ਗਿਆ ਉਸੇ ਤਰ੍ਹਾਂ ਨਾਲ ਹੀ ਉਹ ਸਾਰਾ ਵਿਖਾਇਆ ਜਾਵੇ, ਆਪਾਂ ਇਸ 'ਤੇ ਗੱਲ ਕਰਨਾ ਚਾਹਾਂਗੇ। ਅਤੇ ਸੋ ਵੀਰ ਨੇ ਮੇਰੇ ਨਾਲ ਅਤੇ ਇਹਨਾਂ ਤੋਂ ਪੁੱਛਾਂਗੇ ਸਰ, ਅੱਜ ਦਾ ਦਿਨ 19 ਨਵੰਬਰ, ਅੱਜ ਦਾ ਦਿਨ ਕਾਲ ਆਈ ਸੀ ਅਤੇ ਬਟ ਅੱਜ ਦੇ ਦਿਨ ਦੇ ਵਿੱਚ ਤਾਂ ਇਹ ਨਹੀਂ ਤਿਆਰ ਹੋਇਆ, ਕੀ ਤੁਹਾਡਾ ਨਾਮ ਆ ਅਤੇ ਜਾਣਨਾ ਚਾਹਾਂਗੇ ਕਿ ਕੀ ਇਹ ਇਨਵਾਇਰਮੈਂਟ ਕਿਵੇਂ ਕ੍ਰੀਏਟ ਹੋਇਆ? ਇਹ ਜੀ ਜਦੋਂ ਅਸੀਂ ਉੱਥੋਂ ਅੰਦੋਲਨ ਜਿੱਤ ਚੁੱਕੇ ਸੀਗੇ, ਅਸੀਂ ਉਦੋਂ ਬਾਅਦ ਆਪਦੇ ਵੀ ਪਿੰਡ ਵੀ ਜਦੋਂ ਚਾਲੇ ਪਾਏ ਅਤੇ ਅਸੀਂ ਵੀ ਸੋਚਿਆ ਵੀ ਜਿਵੇਂ ਅਸੀਂ ਜਿਹੜੀ ਸਾਡੀ ਉੱਥੇ ਯਾਦਗਾਰ ਸੀਗੀ ਵੀ ਅਸੀਂ ਇੱਥੇ ਵੀ ਐਵੇਂ ਉਸੇ ਤਰ੍ਹਾਂ ਦੀ ਯਾਦਗਾਰੀ ਇੱਥੇ ਬਣਾਈਏ। ਅਤੇ ਅਸੀਂ ਉੱਥੋਂ ਸਾਰੇ ਜਿੰਨੇ ਵੀ ਸਾਰੇ ਸਾਡਾ ਪਿੰਡ ਜਿਸ ਵਾਲੇ ਵਾਸੀ ਸੀਗੇ, ਅਸੀਂ ਸਾਰਿਆਂ ਨੂੰ ਕਿਹਾ ਵੀ ਆਪਾਂ ਸਾਰਾ ਸਮਾਨ ਉੱਥੇ ਪਿੰਡ ਹੀ ਲੈ ਕੇ ਆਉਣਾ ਵਾਪਸ, ਜਿਵੇਂ ਆਪਾਂ ਇੱਥੇ ਕਿਸੇ ਨੂੰ ਦੇਣਾ ਨਹੀਂ ਇਹ, ਵੀ ਅਸੀਂ ਉੱਥੇ ਜਾ ਕੇ ਵਾਪਸ ਜਾ ਕੇ ਇਹਦੇ ਨਾਲ ਦੀ ਇਸੇ ਤਰ੍ਹਾਂ ਦਿੱਲੀ ਨਾਲ ਦੀ ਝੁੱਗੀ ਆਪਾਂ ਉੱਥੇ ਬਣਾਉਣੀ ਆ
ਵੀ ਜਿਹੜੀ ਆਪਣੀ ਯਾਦਗਾਰੀ ਵੀ ਸਾਡੇ ਬੱਚੇ ਦੇਖ ਸਕਣ, ਵੀ ਕੱਲ੍ਹ ਨੂੰ ਉਹ ਵੀ ਸਾਨੂੰ ਵੀ ਇਹ ਚੀਜ਼ ਨੂੰ ਯਾਦ ਰੱਖਣ ਸਕਣ ਵੀ ਉੱਥੇ ਕਿੰਨੇ ਕਿਸਾਨਾਂ ਦੀ ਸ਼ਹੀਦ ਹੋਏ, ਕਿੰਨੇ ਕਿਸਾਨ, ਅਤੇ ਵੀ ਕਿੰਨੇ ਲੱਖਾਂ ਦਾ ਰੁਪਈਆ ਖਰਚ ਹੋਇਆ, ਪਰ ਵੀ ਮੋਦੀ ਨੂੰ ਉਦੋਂ ਬਾਅਦ ਉਹਨਾਂ ਨੇ ਝੁਕਾ ਲਿਆ, ਅਤੇ ਇਸੇ ਕਰਕੇ ਅਸੀਂ ਇਦੋਂ ਬਾਅਦ ਇੱਥੇ ਆ ਕੇ ਵੀ ਮਹੀਨੇ ਕੁ ਬਾਅਦ ਅਸੀਂ ਇੱਦੇ ਸਾਰਿਆਂ ਨੇ ਰਾਇ ਕੀਤੀ ਵੀ ਸਾਰੀ ਬਰਾਦਰੀ ਹੈ ਇੱਥੇ ਢਾਣੀ 'ਚ, ਸਾਰੇ ਅਸੀਂ ਰਹਿੰਦੇ ਹਾਂ, ਸਾਰੇ ਇਕੱਠੀ ਹੈ, ਅਤੇ ਅਸੀਂ ਉਦੋਂ ਬਾਅਦ ਸੋਚਿਆ ਵੀ ਇੱਥੇ ਆ ਕੇ ਵੀ ਆਪਾਂ ਇਹਦੇ ਨਾਲ ਦੀ ਐਂ ਤਿਆਰ ਕਰਨੀ ਹੈ ਝੁੱਗੀ, ਅਤੇ ਜਿਵੇਂ ਸਾਡੀ ਉੱਥੇ ਦਿੱਲੀ ਸੀ ਸੇਮ ਟੂ ਸੇਮ, ਅਸੀਂ ਸਾਰਿਆਂ ਨੇ ਆਪਦੇ ਵੱਲੋਂ ਪੈਸੇ ਸਹਿਯੋਗ ਕਰਕੇ ਅਸੀਂ ਸਾਰਿਆਂ ਨੇ ਉਦੋਂ ਬਾਅਦ ਇਸੇ ਤਰ੍ਹਾਂ ਦੀ ਝੁੱਗੀ ਇੱਥੇ ਤਿਆਰ ਕੀਤੀ ਹੈ ਜੀ। ਆਹ ਲੜੀਆਂ ਲੁੜੀਆਂ ਜਿਵੇਂ ਅਸੀਂ ਕੋਈ ਦਿਵਾਲੀ ਦਾ ਇਵੈਂਟ ਹੁੰਦਾ, ਕੋਈ ਵੀ ਇੱਥੇ ਕੋਈ ਫੰਕਸ਼ਨ ਹੁੰਦਾ, ਉਹ ਅਸੀਂ ਸਾਰੇ ਫੰਕਸ਼ਨ ਅਸੀਂ ਇੱਥੇ ਮਨਾਉਂਦੇ ਹਾਂ। ਕੋਈ ਬਰਥਡੇ ਹੋਵੇ ਜਾਂ ਕੋਈ ਵੀ ਹੋਵੇ, ਸਾਡੇ ਕਿਸੇ ਬੱਚੇ ਦਾ ਜਨਮਦਿਨ ਹੋਵੇ, ਕੋਈ ਬੱਚੇ ਕਿਸੇ ਦਾ ਨਿਊ ਬੇਬੀ ਹੋਇਆ ਹੋਵੇ, ਉਹ ਸਾਰੀਆਂ ਚੀਜ਼ਾਂ ਵੀ ਸਾਰਿਆਂ ਤੋਂ ਪਹਿਲਾਂ ਇੱਥੇ ਹੀ ਚਾਲੇ ਆਈ ਪਾਈਦੇ ਆ, ਉਦੋਂ ਬਾਅਦ ਹੀ ਅੱਗੇ ਵੀ ਆਪਦੇ ਘਰ ਜਾਂਦੇ ਆ। ਸੋ ਪੰਜਾਬ ਅਤੇ ਪੰਜਾਬੀਅਤ ਦੀ ਇਹ ਹਮੇਸ਼ਾ ਤੋਂ ਹੀ ਇਹ ਗੱਲਾਂ ਪੰਜਾਬੀਅਤ ਦੇ ਵਿੱਚ ਵੇਖਣ ਨੂੰ ਮਿਲੀਆਂ ਕਿ ਉਹਨਾਂ ਨਾਲ ਜਿਸ ਤਰ੍ਹਾਂ ਦੀ ਵੀ ਕੋਈ ਤਸ਼ੱਦਤ ਹੋਈ ਆ, ਉਹਨਾਂ ਨੇ ਉਸ ਤਸੀਹੇ ਨੂੰ ਰੱਬ ਦਾ ਭਾਣਾ ਮੰਨਿਆ, ਅਤੇ ਨਾਲ ਨਾਲ ਉਹਨਾਂ ਨੇ ਉਸ ਸਮੇਂ ਦੇ ਵਿੱਚ ਜੋ ਉਹਨਾਂ ਦੇ ਨਾਲ ਬੀਤਿਆ, ਜੋ ਇਤਿਹਾਸ ਆ ਪੰਜਾਬ ਦਾ, ਉਹ ਸਾਰਾ ਉਹਨਾਂ ਨੇ ਸਾਂਭ ਕੇ ਰੱਖਿਆ। ਸੋ ਵਾਲੀ ਪੁਰਾਣੀ ਗੱਲ ਨਹੀਂ, ਇਹ ਬਿਲਕੁਲ ਤਾਜ਼ਾ ਤਰੀਨ ਗੱਲ ਹੈ। ਸਿਰਫ ਇੱਕ ਸਾਲ ਹੋਇਆ ਹੈ, ਅੱਜ 19 ਨਵੰਬਰ ਦਾ ਦਿਨ, ਅੱਜ ਦੇ ਦਿਨ ਹੀ ਕਾਲੇ ਕਾਨੂੰਨ ਜਿਹੜੇ ਸੀ ਉਹ ਰੱਦ ਕਰਨ ਦੀ ਕਾਲ ਆਈ ਸੀ, ਅਤੇ ਤੁਸੀਂ ਵੇਖ ਸਕਦੇ ਹੋ ਜਿਸ ਤਰ੍ਹਾਂ ਵੀਰ ਨੇ ਦੱਸਿਆ ਕਿ ਇਹ ਜਿਹੜਾ ਮਟੀਰੀਅਲ ਵੀ ਯੂਜ਼ ਹੋਇਆ ਹੈ, ਉਹ ਸਾਰਾ ਦਾ ਸਾਰਾ ਮਟੀਰੀਅਲ ਇਹ ਦਿੱਲੀ ਤੋਂ ਹੀ ਲਿਆਂਦਾ ਗਿਆ ਔਰ ਇੱਥੇ ਆ ਕੇ ਇਸ ਨੂੰ ਜਿਹੜਾ ਉਵੇਂ ਦਾ ਉਵੇਂ ਹੀ ਲਗਾ ਦਿੱਤਾ ਗਿਆ। ਵੀਰ ਜੀ, ਫਿਰ ਇਹਦੀ ਦੇਖਭਾਲ ਕਿਸ ਤਰ੍ਹਾਂ ਨਾਲ ਕੀਤੀ ਜਾਂਦੀ ਹੈ? ਵੀਰ ਜੀ, ਇਹਦੀ ਦੇਖਭਾਲ ਸਾਰੇ ਅਸੀਂ ਵੀ ਜਿਹੜੇ ਢਾਣੀ ਦੇ ਹੈਗੇ ਹਾਂ ਸਾਰੇ ਅਸੀਂ ਕਰਦੇ ਹਾਂ, ਅਤੇ ਵੀ ਜਿਹੜੇ ਸਾਰੇ ਅਸੀਂ ਇਕੱਠੇ ਹੋ ਕੇ ਜਦੋਂ ਕੋਈ ਫੰਕਸ਼ਨ ਹੁੰਦਾ ਜਿਵੇਂ ਉਹਦੇ 'ਤੇ ਵੀ ਅਸੀਂ ਸਾਰਾ ਲੜੀਆਂ ਲਾਉਣੀਆਂ ਜਾਂ ਕੁਛ ਵੀ ਇਹਦੀ ਦੇਖਭਾਲ, ਵੀ ਇਹਨੂੰ ਸਾਰਾ ਦਿਨ ਵਿੱਚ ਜੋ ਅਸੀਂ ਘਾਹ ਘੂ ਕੱਟਣਾ ਜਿਵੇਂ ਸਾਰਾ ਕੁਛ, ਜਿਵੇਂ ਮੇਰਾ ਬ੍ਰਦਰ ਆ ਵੰਸ਼ਵੀਰ, ਇਹ ਘਾਹ ਘੂ ਦੀ ਇਹ ਪੌਦਿਆਂ ਦੀ ਇਹਦੀ ਜ਼ਿੰਮੇਦਾਰੀ ਆ, ਬਾਕੀ ਜਿਵੇਂ ਚਾਚਾ ਜੀ ਹੋਰੀ ਆ ਇਹਨਾਂ ਨੇ ਵੀ ਮੰਜੇ ਮੁੰਜੇ ਜਿਵੇਂ ਅੰਦਰ ਸ਼ਾਮ ਨੂੰ ਅੰਦਰ ਰੱਖ ਕੇ ਜਾਣੇ, ਸਾਰਾ ਕੁਛ ਕਰਨਾ, ਵੀ ਅਸੀਂ ਉਵੇਂ ਹੀ ਸਾਰਾ ਕੁਛ ਵੀ ਉਵੇਂ ਸ਼ੁਰੂ ਤੋਂ ਸ਼ੁਰੂ ਆਏ, ਜਿਵੇਂ ਵੀ ਜਿਹੜੇ ਬੰਦੇ ਨੇ ਸ਼ਾਮ ਨੂੰ ਘਰੇ ਜਾਣਾ ਉਸੇ ਨੇ ਉਵੇਂ ਇਹਨੂੰ ਸਾਂਭ ਸੰਭਾਲ ਕਰਕੇ ਅਤੇ ਆਪਦਾ ਲੋਕ ਲਾ ਕੇ ਉਦੋਂ ਬਾਅਦ ਘਰੇ ਜਾਣਾ। ਅੱਛਾ ਬਾਈ ਜੀ, ਇੱਕ ਤੁਹਾਡਾ ਨਾਮ ਮੈਂ ਪੁੱਛਿਆ ਸੀ, ਉਹ ਰਹਿ ਗਿਆ ਆਪਣਾ? ਮੇਰਾ ਨਾਮ ਜੋਤ ਸਿੰਘ ਸਿੱਧੂ ਭਾਈਕਾ ਜੀ। ਜੀ, ਅਤੇ ਮੈਂ ਕਹੂੰਗਾ ਕਿ ਤੁਸੀਂ ਹੀ ਆਪਣੇ ਜਿੰਨੇ ਵੀ ਆਪਣੇ ਮੈਂਬਰਸ ਇੱਥੇ ਬੈਠੇ ਨੇ ਸਭ ਨੂੰ ਇੱਕ ਇੱਕ ਕਰਕੇ ਜਿਹੜਾ ਇੰਟਰੋਡਿਊਸ ਕਰੋ, ਹੈ ਨਾ, ਤਾਂ ਜੋ ਜਿਹੜੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਪਤਾ ਲੱਗੇ ਕਿ ਕਿਹੜੇ ਕਿਹੜੇ ਬੰਦੇ ਇੱਥੇ ਸਹਿਯੋਗੀ ਰਹੇ ਆ। ਹਾਂਜੀ, ਇਹ ਮੇਰਾ ਬ੍ਰਦਰ ਹੈ ਜੀ ਹਰਮੀਤ ਸਿੰਘ, ਅਤੇ ਇਹਦਾ ਮੱਛੀ ਫਾਰਮ ਦਾ ਕੰਮ ਆ ਜੀ ਮੁੰਡੇ ਦਾ, ਅਤੇ ਉਹ ਬਾਈ ਆਪਣਾ ਮੱਛੀ ਫਾਰਮ ਦਾ ਇੱਥੇ ਫਾਰਮ ਆਪਣਾ ਨਾਲ ਹੀ ਚੰਗਾ ਫਾਰਮ, ਉਹ ਬ੍ਰਦਰ ਹੀ ਸਾਰਾ ਦੇਖ ਰੇਖ ਕਰਦਾ ਉਹਦੀ, ਅਤੇ ਇਹ ਮੇਰਾ ਬ੍ਰਦਰ ਹੈ ਜੀ ਸੁੱਖਾ ਮੰਦਰ, ਅਤੇ ਇਹ ਸਾਰਿਆਂ ਤੋਂ ਵੱਧ ਯੋਗਦਾਨ ਦਿੱਤਾ ਜੀ ਉੱਥੇ ਜੀ, ਇਹ ਬਹੁਤ ਜਾਂਦਾ ਰਿਹਾ ਜੀ ਸ਼ੁਰੂ ਤੋਂ ਵੀ ਐਂ ਕਰਕੇ ਵੀ ਇੱਕ ਵੀ ਦਿਨ ਨਹੀਂ ਜਿੱਦਣ ਵੀ ਇਹਨੂੰ ਅਸੀਂ ਕਹਿਤਾ ਹੋਵੇ ਅਤੇ ਗਿਆ ਨਾ ਹੋਵੇ, ਵੀ ਜਦੋਂ ਵੀ ਅਸੀਂ ਇੱਕ ਵਾਰੀ ਵੀ ਕਹਿੰਦੇ ਸੀਗੇ ਵੀ ਬਾਈ ਵੀ ਜਾ ਨਾ ਅੱਜ ਤੇਰੀ ਵਾਰੀ ਆਏ ਹਾਂ ਜਾਂ, ਫਿਰ ਵੀ ਪਹੁੰਚ ਜਾਂਦਾ ਸੀ ਫਿਰ ਵੀ ਸਾਡੇ। ਅਤੇ ਇਹ ਮੁੰਡਾ ਵੰਸ਼ਵੀਰ ਹੈ ਜੀ, ਅਤੇ ਇਹ ਆਪਣੇ ਇਹ ਵੀ ਜਿਵੇਂ ਹਿਸਾਬ ਨਾਲ ਛੋਟਾ ਸੀਗਾ ਵੀ, ਪਰ ਇਹਨੂੰ ਅੰਦੋਲਨ ਬਾਰੇ ਜਿਵੇਂ ਉਹ ਸਾਨੂੰ ਜਾਣਕਾਰੀ ਜਿਵੇਂ ਸਕੂਲ 'ਚੋਂ ਆਪਦੇ ਦੋਸਤਾਂ ਨੂੰ ਦੱਸਣਾ ਵੀ ਸਾਰਾ ਕੁਛ ਵੀ ਐਂ ਕਰਕੇ ਵੀ ਉੱਥੇ ਐਂ ਹੁੰਦਾ, ਉੱਥੇ ਵੀ ਅਸੀਂ ਇੰਨੇ ਜਣੇ ਇਕੱਠੇ ਕਰਕੇ ਜਾਂਦੇ ਹਾਂ, ਸਾਡਾ ਪਿੰਡ ਐਂ ਜਾਂਦਾ ਉਹ ਜਾਂਦਾ, ਵੀ ਨੇੜੇ ਤੇੜੇ ਦੇ ਏਰੀਏ 'ਚੋਂ ਸਾਡਾ ਪਿੰਡ ਵੀ ਸਾਰਿਆਂ ਤੋਂ ਵੱਧ ਜਿਹੜਾ ਵੱਧ ਚੜ੍ਹ ਕੇ ਅੰਦੋਲਨ 'ਚ ਗਿਆ ਅਤੇ ਅਸੀਂ ਜਿੱਤ ਕੇ ਮੁੜੇ ਹਾਂ, ਵੀ ਇਸ ਗੱਲ ਦੀ ਬਹੁਤ ਖੁਸ਼ੀ ਆ। ਬਾਕੀ ਸਰ ਤੁਹਾਨੂੰ ਮੈਂ ਕਹੂੰਗਾ ਵੀ ਹਰੇਕ ਦੀਆਂ ਭਾਵਨਾਵਾਂ ਤੁਸੀਂ ਆਪ ਦੇਖੋ, ਹਰੇਕ ਬੰਦੇ ਨਾਲ ਇਕੱਲੇ ਇਕੱਲੇ ਨਾਲ ਤੁਸੀਂ ਆਪ ਗੱਲ ਕਰੋ ਜੀ। ਸੋ ਅਸੀਂ ਗੱਲ ਕਰਨਾ ਚਾਹਾਂਗੇ ਸਾਡੇ ਨਾਲ ਬਾਬਾ ਜੀ ਨੇ ਗੁਰਦੁਆਰਾ ਸਾਹਿਬ ਤੋਂ, ਜਿਨ੍ਹਾਂ ਨੇ ਦੱਸਿਆ ਮੁਤਾਬਕ ਕਿ ਬਹੁਤ ਜ਼ਿਆਦਾ ਯੋਗਦਾਨ ਜਿਹੜਾ ਇਹਨਾਂ ਦਾ ਹੈ ਉਸ ਸਮੇਂ ਦੇ ਵਿੱਚ ਕਿਸਾਨਾਂ ਨੂੰ ਰਿਹਾ ਹੈ ਇਸ ਪਿੰਡ ਦੇ ਵਿੱਚ ਦੀ। ਬਾਬਾ ਜੀ ਅਸੀਂ ਸਵਾਗਤ ਕਰਾਂਗੇ, ਅਸੀਂ ਮਲੋਟਲਾ ਮੀਡੀਆ ਤੋਂ ਆਏ ਹਾਂ, ਸਾਡੇ ਵੱਲੋਂ ਤੁਹਾਡਾ ਬਹੁਤ ਸਵਾਗਤ ਹੈ। ਵੈਰ ਜੀ ਖਾਲਸਾ ਵੈਰ ਜੀ ਕੀ ਫਤਿਹ। ਸੰਤ ਪੰਤਰਾਤਰ ਬਾਬਾ ਹਰਬਾਜ ਸਿੰਘ ਜੀ ਕਾਰ ਸੇਵਾ, ਬਾਬਾ ਮਹਿੰਦਰ ਸਿੰਘ ਜੀ, ਬਾਬਾ ਬਚਨ ਸਿੰਘ ਜੀ ਵੱਲੋਂ ਸਾਲ ਭਰ ਦੀ ਲੰਗਰ ਦੀ ਸੇਵਾ ਜ਼ਿਮੀਂਦਾਰਾਂ ਵਾਸਤੇ ਯੂਨੀਅਨਾਂ ਵਾਸਤੇ ਕੀਤੀ ਗਈ। ਬਾਬਾ ਜੀ ਫਿਰ ਜਿਸ ਤਰ੍ਹਾਂ ਨਾਲ ਕੁਛ ਜੇ ਸਮਾਂ ਤੁਹਾਨੂੰ ਯਾਦ ਹੋਵੇ, ਕਿਸ ਤਰ੍ਹਾਂ ਨਾਲ ਇਹ ਸਾਰੀ ਗੱਲਬਾਤ ਤੁਹਾਡੇ ਧਿਆਨ ਦੇ ਵਿੱਚ ਆਈ, ਕਿਵੇਂ ਮਨ ਬਣਾਇਆ ਕਿ ਇੱਦਾਂ ਕਰਕੇ ਜਿਹੜਾ ਹੈਗਾ ਵੀ ਲੰਗਰ ਦੀ ਸੇਵਾ ਜਿਹੜੀ ਹੈਗੀ ਆ ਆਪਾਂ ਨੂੰ ਪਹੁੰਚਾਉਣਾ ਚਾਹੀਦਾ? ਕਿ ਉੱਥੇ ਕੋਈ ਕਾਲ ਆਈ ਸੀ ਜਾਂ ਪਿੰਡ ਵੱਲੋਂ ਹੀ ਕੋਈ ਸੁਨੇਹਾ ਹੋਇਆ ਸੀ? ਕੋਈ ਪਤਾ ਸੀ ਕਿ ਕਿੰਨਾ ਕੁ ਟਾਈਮ ਰਹੂਗਾ? ਜਿਸ ਤਰ੍ਹਾਂ ਨਾਲ ਅੱਗੋਂ ਸੁਨੇਹੇ ਆਉਂਦੇ ਸੀ ਕਿ ਕੋਈ ਪਤਾ ਨਹੀਂ ਕਿ ਕਿੰਨਾ ਸਾਲ ਲੱਗ ਸਕਦਾ, 2 ਸਾਲ ਲੱਗ ਸਕਦੇ ਆ, 10 ਸਾਲ ਵੀ ਲੱਗ ਜੇ ਸਾਨੂੰ ਜ਼ਿੰਦਗੀ ਭਰ ਜਿੱਥੇ ਬੈਠਣਾ ਪੈ ਜਾਵੇ ਤਾਂ ਅਸੀਂ ਤਾਂ ਕਾਲੇ ਕਾਨੂੰਨ ਮੁੜਾ ਕੇ ਹੀ ਜਿਹੜਾ ਵਾਪਸ ਆਉਣਾ। ਤੁਹਾਡੇ ਵੱਲੋਂ ਸਹਿਯੋਗ ਸੀ ਕਿ ਲੰਗਰ ਦੀ ਸੇਵਾ ਉੱਥੇ ਪਹੁੰਚਾਉਣੀ ਆ, ਮਨ ਨਹੀਂ ਡੋਲਿਆ ਕਦੇ ਕਿ ਇੰਨਾ ਟਾਈਮ ਜਿਹੜਾ ਆਪਾਂ ਕਰ ਪਾਵਾਂਗੇ ਕਿੰਨੀ ਸੇਵਾ? ਉਹ ਤਾਂ ਮਹਾਰਾਜ ਹੀ ਸੇਵਾ ਕਰਾ ਰਹੇ ਨੇ ਜਾਂ ਸੰਗਤ ਕਰਾ ਰਹੀ ਹੈ ਜੀ, ਹਾਂ ਉਹਨਾਂ ਦੇ ਕੰਮ ਆ ਸਰ। ਪਿੰਡ ਵਾਸੀਆਂ ਦਾ ਪੂਰਾ ਸਹਿਯੋਗ ਰਿਹਾ ਤੁਹਾਨੂੰ? ਸਾਰੇ ਨਗਰਾਂ ਦਾ ਸਹਿਯੋਗ ਸੀ ਪੂਰਾ। ਜਿਹੜੀ ਮੈਂ ਤੁਹਾਨੂੰ ਗੱਲ ਪੁੱਛੀ ਹੈ ਕਿ ਇੰਨਾ ਲੰਮਾ ਸਮਾਂ
ਤੇ ਕੀ ਲੱਗਦਾ ਸੀ ਕਿ ਕਿਸ ਤਰ੍ਹਾਂ ਦਾ ਮਾਹੌਲ ਆਊਗਾ ਕਿ ਰੱਦ ਹੋ ਜਾਣਗੇ ਕਿ ਨਹੀਂ ਹੋ ਜਾਣਗੇ? ਬਹੁਤ ਕੜਾ ਸੰਘਰਸ਼ ਜਿਹੜਾ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਸੀ। ਰੱਦ ਕਰਨਾ ਤਾਂ ਸੰਗਤ ਦੀ ਮਤਲਬ ਕਿ ਯੋਗਦਾਨ ਹੈ, ਸਾਡੀ ਸੇਵਾ, ਲੰਗਰ ਦੀ ਸੇਵਾ। ਕਿੰਨਾ ਚਿਰ ਮਰਜ਼ੀ ਤੁਰਿਆ ਜਾਂਦਾ, ਲੰਗਰ ਕੋਈ ਵਹਿਮ ਨਹੀਂ ਸੀ ਉਹ ਸਤਿਗੁਰ ਹੈ ਜੀ। ਸੋ ਬਾਬਾ ਜੀ ਦੇ ਨਹੀਂ ਕੋਈ ਚਾਰ, ਉਹਨਾਂ ਨੇ ਕਿਹਾ ਕਿ ਸੰਗਤ ਦੇ ਵੱਲੋਂ ਜਿਹੜਾ ਸਹਿਯੋਗ ਸੀ ਅਤੇ ਸੰਗਤ ਦੇ ਦਾ ਹੀ ਸਾਰਾ ਨਾਲ ਰਿਹਾ ਕਿ ਕਿਸੇ ਤਰ੍ਹਾਂ ਦੀ ਕੋਈ ਕਮੀ ਜਿਹੜੀ ਸੰਗਤ ਦੇ ਵੱਲੋਂ ਦਿੱਤੀ ਨਹੀਂ ਗਈ ਸੀ, ਤਾਂ ਸਾਨੂੰ ਤਾਂ ਕੋਈ ਕਿਸ ਤਰ੍ਹਾਂ ਦਾ ਡਰ ਹੀ ਨਹੀਂ ਸੀ। ਸੋ ਅਸੀਂ ਜਿਹੜੇ ਕਿਸਾਨ ਇੱਥੇ ਮੌਜੂਦ ਨੇ, ਸਭ ਤੋਂ ਇਹ ਜਾਣਕਾਰੀ ਲੈਣਾ ਚਾਹ ਰਹੇ ਹਾਂ, ਉਸੇ ਸਮੇਂ ਦੇ ਵਿੱਚ ਤੁਹਾਨੂੰ ਵਾਪਸ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਕਿੰਨੇ ਤਸੀਹੇ ਸੀ ਜਿਹੜੇ ਉਸ ਵੇਲੇ ਕਿਸਾਨਾਂ ਨੇ ਵੇਖੇ ਸੀ, ਔਰ ਉਹ ਜਿਹੜੀਆਂ ਯਾਦਾਂ ਨੇ ਉਹ ਅੱਜ ਵੀ ਉਹ ਨਾਲ ਚੱਕੀ ਫਿਰਦੇ ਨੇ, ਔਰ ਉਸ ਯਾਦਾਂ ਨੂੰ ਸੰਭਾਲਣ ਦੀ ਵੀ ਪੂਰੀ ਤਰ੍ਹਾਂ ਨਾਲ ਉਹਨਾਂ ਦੀ ਜਿਹੜੀ ਤਿਆਰੀ ਆ ਉਹਨਾਂ ਨੇ ਕੀਤੀ ਹੋਈ ਆ। ਦਿਨ ਬ ਦਿਨ ਜਿਹੜੀ ਹੈ ਉਹ ਇਹਨੂੰ ਪੂਰੀ ਤਰ੍ਹਾਂ ਨਾਲ ਉਸੇ ਤਰ੍ਹਾਂ ਨਾਲ ਹੀ ਸਾਂਭਦੇ ਸੰਭਾਲਦੇ ਪਏ ਨੇ। ਬਾਬਾ ਜੀ, ਕਦੋਂ ਤੁਸੀਂ ਜਿਹੜਾ ਸੰਘਰਸ਼ ਦੇ ਲਈ ਚਾਲੇ ਪਾਏ, ਕਿੰਨਾ ਦੇ ਨਾਲ ਮਿਲ ਕੇ ਤੁਸੀਂ ਦਿੱਲੀ ਪਹੁੰਚੇ, ਕਿੰਨਾ ਕੁ ਸਮਾਂ ਗੁਜ਼ਾਰਿਆ? 26 ਨਵੰਬਰ ਨੂੰ ਜਦੋਂ ਗਏ ਜੀ, ਉਦੋਂ ਬਾਅਦ ਲਗਾਤਾਰ ਸਾਡੇ ਚਾਰ ਚਾਰ ਬੰਦੇ ਹਫ਼ਤਾ ਹਫ਼ਤਾ ਉੱਥੇ ਰਹਿੰਦੇ ਸੀਗੇ, ਜਿਹਨਾਂ 'ਚੋਂ ਸਭ ਤੋਂ ਜ਼ਿਆਦਾ ਯੋਗਦਾਨ ਮੇਰਾ ਪਾਇਆ ਜੀ। ਮੈਂ ਉੱਥੇ ਰਹਿੰਦਾ ਸੀਗਾ, ਜ਼ਮੀਨ ਠੇਕੇ 'ਤੇ ਜੀ, ਵਿਹਲਾ ਸੀਗਾ ਜੀ, ਮੈਂ ਬਸ ਪਾਣੀ ਦੀ ਵਾਰੀ ਲਾ ਕੇ ਅਤੇ ਫਿਰ ਮੁੜ ਜਾਂਦਾ ਸੀਗਾ ਵਾਪਸੀ। ਨਾਲ ਮੇਰੇ ਭਤੀਜੇ ਮੁੰਡੇ ਸਾਰੇ, ਇਹ ਮੇਰੇ ਨਾਲ ਇੱਕ ਦਿਨਾਂ ਹੁੰਦਾ ਸੀ ਉੱਥੇ, ਕਈ ਵਾਰੀ ਮੈਂ 22-23 ਦਿਨਾਂ ਤੋਂ ਵੀ ਆਇਆ, ਇੱਕ ਰਾਤ ਲਾ ਕੇ ਵਾਪਸ ਮੁੜ ਜਾਂਦੇ ਸੀ। ਬਾਬਾ ਜੀ ਦਾ ਸੀਗਾ ਜੀ, ਮੈਂ ਤੁਹਾਨੂੰ ਦੱਸਦਾ ਜੀ ਵੀ ਇਹ ਸਾਡੇ ਤਾਇਆ ਜੀ ਸੀਗੇ, ਇਹਨਾਂ ਨੇ ਜਦੋਂ ਤੋਂ ਅਸੀਂ ਤਾਂ ਉੱਥੇ ਗਏ ਹਾਂ, ਸਾਰਾ ਤਿਆਰੀ ਕਰਕੇ ਸਾਰਾ ਕੁਝ ਕਰਿਆ, ਬਹੁਤ ਸਾਡੇ 'ਤੇ ਵੀ ਆਫਤਾਂ ਆਈਆਂ। ਇਹ ਤਾਇਆ ਜੀ ਦਾ ਜਦੋਂ ਝੁੱਗੀ 'ਚੋਂ ਅਸੀਂ ਬਾਹਰ ਛੜਕਦੇ ਸੀ ਅਤੇ ਢੱਠੇ ਨੇ ਢਿੱਡ ਪਾੜਤਾ ਜੀ, ਅਤੇ ਬਹੁਤ ਮਸਾਂ ਹੀ ਬਚੇ ਇਹ ਜੀ। ਅਸੀਂ ਉੱਥੋਂ ਫਿਰ ਸਾਨੂੰ ਇਹ ਉੱਥੇ ਸਾਨੂੰ ਫੋਨ ਆਇਆ, ਫਿਰ PGI 'ਚ ਅਸੀਂ ਲੈ ਕੇ ਗਏ ਇਹਨਾਂ ਨੂੰ, ਅਤੇ ਉੱਥੇ ਫਿਰ ਰੋਹਤਕ ਉਹਨਾਂ ਨੇ ਵਿਚਾਰਿਆਂ ਨੇ ਬਹੁਤ ਸਾਨੂੰ ਸਾਥ ਦਿੱਤਾ, ਉਹ ਕਹਿੰਦੇ ਵੀ ਤੁਸੀਂ ਕਿਸਾਨਾਂ ਕਰਕੇ ਸਾਡੇ ਤੋਂ ਕੋਈ ਪੈਸਾ ਨਹੀਂ ਲਿਆ, ਬਹੁਤ ਵਧੀਆ ਉਹਨਾਂ ਨੇ ਸਾਡਾ ਕਰਿਆ, ਅਤੇ ਸਾਨੂੰ ਤਾਂ ਐਂ ਸੀ ਵੀ ਇਹਨਾਂ ਦਾ ਵੀ ਚਲੋ ਵੀ ਕੰਮ ਖਰਾਬ ਹੋ ਗਿਆ, ਪਰ ਪਰਮਾਤਮਾ ਦੀ ਕਿਰਪਾ ਨਾਲ, ਪਰਮਾਤਮਾ ਦੇ ਸਿਰ ਦਾ ਹੱਥ ਸੀ ਸਾਡੇ, ਸਾਨੂੰ ਬਚਾਈ ਰੱਖਿਆ ਜੀ। ਸੋ ਜਿਹੜੇ ਕਿਸਾਨ ਦਿੱਲੀ ਦੀ ਬਰੂਹਾਂ 'ਤੇ ਪਹੁੰਚੇ ਜਾਂ ਨਹੀਂ ਪਹੁੰਚੇ, ਪਰ ਉਸ ਵੇਲੇ ਕਿਸਾਨਾਂ ਨੇ ਤਸੀਹੇ ਤਾਂ ਦਿੱਲੀ ਦੇ ਵਿੱਚ ਬਹੁਤ ਝੱਲੇ, ਉਹਨਾਂ ਦਾ ਇੱਕ ਐਗਜ਼ਾਮਪਲ ਅਸੀਂ ਤੁਹਾਡੇ ਨਾਲ ਸਾਂਝੀ ਵੀ ਕੀਤੀ ਆ, ਸਰਦਾਰ ਜੀ ਦੇ ਕਿੱਡਾ ਜ਼ਖਮ ਆ, ਉਹਨਾਂ ਨੇ PGI ਦੇ ਵਿੱਚ ਦਾਖਲ ਰਹੇ ਔਰ ਫਿਰ ਵੀ ਜਿਹੜਾ ਉਹਨਾਂ ਦਾ ਮਨ ਨਹੀਂ ਡੋਲਿਆ, ਔਰ ਆਖਰ ਉਹਨਾਂ ਨੇ ਜਿਹੜੀ ਆ ਜਿੱਤ ਸੀ ਉਹਨਾਂ ਨੂੰ ਹਾਸਲ ਹੋਈ ਸੀ। ਸੋ ਆਪਾਂ ਹੋਰਨਾਂ ਲੋਕਾਂ ਦੇ ਨਾਲ ਵੀ ਗੱਲ ਕਰਨਾ ਚਾਹਾਂਗੇ। ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਪਣਾ ਕੀ ਸ਼ੁਭ ਨਾਮ? ਮੇਰਾ ਨਾਮ ਪਾਲਾ ਸਿੰਘ ਹੈ ਜੀ। ਜੀ ਭੈਣ, ਸਾਰੇ ਨਗਰ ਨੇ, ਸਾਰੇ ਟੋਟਲ ਨਗਰ ਨੇ ਸਾਡੀ, ਮੇਰੇ ਪੈਸੇ ਵਾਸ ਇਕੱਠੀ ਕਰਨ 'ਤੇ ਡਿਊਟੀ ਹੁੰਦੀ ਸੀ, ਸਾਰੇ ਪਿੰਡ ਨੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ। ਅਸਲ ਤਾਂ ਸਮੂਹ ਪੰਜਾਬ ਨੇ ਸਹਿਯੋਗ ਦਿੱਤਾ ਹਰੇਕ ਤਰ੍ਹਾਂ ਦਾ, ਤਾਂ ਹੀ ਜਿੱਤ ਹੋਈ ਹੈ। ਹਾਂਜੀ, ਸਾਰੇ ਨਗਰ ਵਾਲੇ ਬਹੁਤ ਧੰਨਵਾਦ ਕੀਤਾ। ਨਗਰ ਜੇ ਆਪਾਂ ਗੱਲ ਕਰੀਏ ਤਾਂ ਇੱਥੋਂ ਲੋਕਲ ਕਿੰਨਾ ਦਾ ਜ਼ਿਆਦਾ ਸਹਿਯੋਗ ਰਿਹਾ ਕਿ ਮਤਲਬ ਉੱਥੇ ਤਾਂ ਆਪਾਂ ਚਲੇ ਗਏ, ਇੱਕ ਬੰਦਾ ਹੁੰਦਾ ਕਿ ਮੰਨ ਲਓ ਉਹਨੂੰ ਆਪਾਂ ਕਿਸੇ ਕੰਮ ਦੇ ਲਈ ਭੇਜਿਆ, ਬਟ ਜਿਹੜਾ ਪਿੱਛੇ ਵਾਲੇ ਦਾ ਸਹਿਯੋਗ ਹੁੰਦਾ ਉਹ ਜ਼ਿਆਦਾ ਰਹਿੰਦਾ। ਪਿੱਛੇ ਸਹਿਯੋਗ ਤਾਂ ਮੇਰੀ ਡਿਊਟੀ ਹੁੰਦੀ ਸੀ, ਸਾਰੇ ਪੈਸੇ ਇਕੱਠੇ ਕਰਕੇ ਉੱਥੇ ਭੇਜਣੇ ਜਾਂ ਹੋਰ ਕੰਮ ਕਰਨਾ, ਪਿੰਡ 'ਚ ਕੋਈ ਵੀ ਕੰਮ ਕਰਨਾ, ਬੰਦੇ ਤਿਆਰ ਕਰਕੇ ਭੇਜਣੇ, ਉਹ ਮੇਰੇ ਵੱਲ ਨਹੀਂ ਹੁੰਦੀ ਸੀ ਡਿਊਟੀ। ਮੈਂ ਵੀ ਲਾ ਕੇ ਆਇਆ 10-15 ਦਿਨ, ਪਰ ਪਿੰਡ 'ਚ ਡਿਊਟੀ ਮੇਰੇ 'ਤੇ ਰਹਿੰਦੀ ਸੀ ਜ਼ਿਆਦਾ, ਸਾਰਾ ਰਵਾਸ਼ ਇਕੱਠੀ ਕਰਨੀ, ਹੋਰ ਪ੍ਰਬੰਧ ਕਰਨੇ, ਬੰਦੇ ਭੇਜਣੇ, ਇਹ ਸਾਰਾ ਸਿਸਟਮ ਚੱਲੂ ਗਏ। ਬਾਕੀ ਸਾਰੇ ਪੰਜਾਬ ਦਾ ਹੀ ਸਹਿਯੋਗ ਸੀ, ਤਾਂ ਹੀ ਜਿੱਤ ਹੋਈ ਹੈ ਜੀ। ਅੱਜ ਜਿਹੜੀ ਯਾਦਗਾਰ ਤੁਸੀਂ ਸੰਭਾਲੀ ਆ, ਇਹਦੇ ਬਾਰੇ ਤੁਸੀਂ ਕੀ ਕਹਿੰਦੇ? ਇਹਦੇ ਬਾਰੇ ਬਹੁਤ ਚੰਗੀ ਯਾਦਗਾਰ, ਅਸੀਂ ਰੋਜ਼ ਇਹਦੀ ਮੁਰੰਮਤ ਕਰਦੇ ਹਾਂ, ਕਿਸੇ ਨਾ ਕਿਸੇ ਰੂਪ 'ਚ ਅਸੀਂ ਇੱਥੇ ਬੈਠੇ ਰਹਿੰਦੇ ਹਾਂ, ਆਹੀ ਘਰ ਹੈ ਆਪਣੇ ਨੇੜੇ ਨੇੜੇ, ਅਤੇ ਇਸ ਨੂੰ ਪੂਰੀ ਯਾਦਗਾਰ ਬਣਾ ਕੇ ਰੱਖਿਆ ਵੈ। ਕਦੋਂ ਤੱਕ ਜਿਹੜੀ ਇਹਦੀ ਸੰਭਾਲ ਆ, ਇੱਦਾਂ ਹੀ ਆਪਾਂ ਕਰਦੇ ਰਹਾਂਗੇ ਵੀ ਇਹ ਯਾਦ ਲੰਬੇ ਸਮੇਂ ਤੱਕ ਆਪਾਂ ਇੱਦਾਂ ਹੀ ਤਾਜ਼ਾ ਰੱਖਣੀ ਆ, ਜਾਂ ਕੁਛ ਸਮੇਂ ਲਈ ਆਪਾਂ ਰੱਖਿਆ ਕਿ ਚਲੋ ਇੱਕ ਵਾਰੀ ਜਿਵੇਂ ਹੈਗਾ ਸੀ ਮਨ ਲੱਗਿਆ ਰਿਹਾ ਸੀ ਉੱਥੇ, ਹਨਾ ਦਿੱਲੀ ਦੇ ਵਿੱਚ ਇੱਥੇ ਆ ਕੇ ਉੱਦਾਂ ਲੱਗਦਾ ਸੀ ਕਿ ਚਲੋ ਠੀਕ ਆ ਉਵੇਂ ਦਾ ਮਾਹੌਲ ਬਣਾਇਆ ਜਾਵੇ, ਕਦੋਂ ਤੱਕ ਜਿਹੜੀ? ਨਹੀਂ, ਜਿੰਨਾ ਚਿਰ ਲੰਬੇ ਸਮੇਂ ਤੱਕ ਰਹਿਣਗੇ, ਸਾਡੇ ਗਾ ਸਾਡੇ ਬੱਚੇ ਵੀ ਸੰਭਾਲ ਨਾਲੇ ਹੋਏ ਖੜੇ ਆ, ਯਾਦਗਾਰ ਨੂੰ ਉਵੇਂ ਬਰਕਰਾਰ ਰੱਖਾਂਗੇ। ਹਾਂਜੀ, ਬੱਚੇ ਕਰਦੇ ਖੁਸ਼ੀ ਨਾਲ, ਬੱਚੇ ਦਾ ਕੰਮ ਕਰ, ਬਹੁਤ ਕੰਮ ਕਰਦੇ ਜੀ। ਸਰ ਸਵਾਗਤ ਹੈ ਜੀ, ਕੀ ਸ਼ੁਭ ਨਾਮ ਹੈ ਤੁਹਾਡਾ? ਪਰਮਜੀਤ ਸਿੰਘ ਖੇੜੀ ਜੀ, ਪੱਤਰਕਾਰ ਜੀ ਜੀ, ਪਰ ਪੱਤਰਕਾਰ ਤੋਂ ਪਹਿਲਾਂ ਕਿਸਾਨ ਹਾਂ ਜੀ ਜੀ, ਲਾਹੀ ਦੇ ਨਾਲ ਜੁੜੇ ਹਾਂ ਇਸ ਧੰਦੇ ਦੇ ਨਾਲ। 3 ਕਾਲੇ ਖੇਤੀ ਕਾਨੂੰਨ ਰੱਦ ਕਰਨ ਵਾਸਤੇ ਸਾਡੇ ਪਿੰਡ ਦਾ ਯੋਗਦਾਨ ਰਿਹਾ ਜੋ ਜੀ, ਬਹੁਤ ਵਧੀਆ ਰਿਹਾ ਜੀ। ਮਗਰੋਂ ਵੀ ਪਿੰਡ ਨੇ ਪੂਰਾ ਸਹਿਯੋਗ ਦਿੱਤਾ, ਪੈਸੇ ਪੂਸੇ ਇਕੱਠੇ ਕਰਕੇ ਉੱਥੇ ਵੀ ਭੇਜਦੇ ਰਹੇ ਜੋ ਚੀਜ਼ ਦੀ ਲੋੜ ਹੁੰਦੀ ਸੀਗੀ। ਕਦੋਂ ਕੁ ਚਾਲੇ ਪਾਏ ਆਪਣੇ ਪਿੰਡ ਵਾਲਿਆਂ ਨੇ, ਮਤਲਬ ਸ਼ੁਰੂਆਤ ਦੇ ਵਿੱਚ ਹੀ ਜਾਂ ਫਿਰ ਵੈਸੇ ਤਾਂ ਸ਼ੁਰੂ ਦੇ ਵਿੱਚ ਹੀ ਸਾਰੇ ਜਿਹੜੇ ਚੱਲ ਪਏ ਸੀ, ਕਦੋਂ ਕੁ ਚਾਲੇ ਪਏ ਸੀ? ਜਿੱਦੇ ਮੋਰਚਾ ਸ਼ੁਰੂ ਹੋਇਆ ਜੀ, ਉੱਦੇ ਸਾਡੇ ਪਿੰਡ ਦੇ 2
मैंबर गए थे सिर्फ उदू 15 दिन बाद फिर उत्थे जांदे रहे ते 17-18 दिन बाद उत्थे पक्की झोंपड़ी ला ली जी। फिर एक साल तो उत्ते रहे, साल सी शायद 11 दिसंबर नूं वापस आए, 11 दिसंबर नूं वापस आए जी। ते मैं गया मगरों ला के आया जी 10 दिन लेके गए मैनू भी जी। जदों मोदी ने बाकी इहनां दा बेटा जांदा करना सीगा उदों बेटा सीगा बेटा जांदा सी। पिंड विच किदां दा माहौल सी, किदां दा सहयोग देखण नूं मिलदा सी, लोक की कहिंदे सी उस वेले? पिंड वाले यही आखदे सी, इहनां नूं हौसला दिंदे सीगे वी तुसीं डटे रहो जी, असीं हैगे आ तुहाडे नाल, कोई गल नहीं, ठीक है ना। वारी नाल जांदे सीगे, 7 जने सीगे, 7 दिनां तों जांदे रहिंदे सीगे। इहनां दा ढाणी दा वी बहुत योगदान रिहा जी, ज्यादा अगे लग के इहनां ने लामबंदी की भारतीय किसान यूनियन एकता ग्राहां दे नाल 2011 तों जुड़े हां जी। जो इदा घटनावां सामने आंदियां सी, जिवें बाबा जी का उत्थे हादसा होया, उन्हां नूं PGI दाखिल किया गया, इदा दी घटनावां जो सामने आंदियां सी उदों किस तरह का माहौल सी? इन्हां दा ना जी तुसीं देखो भी उत्थों संयुक्त किसान मोर्चा ही कहना जिहड़े साडे पिंड दे बंदे सीगे, उन्होंने सानूं 10 दिन तो पहलां दस्या ही नहीं गया वी आह गल होगी जी। जदों इन्हां नूं भाई साहब नूं राम आया ते उन्होंने दस्या वी आह गल होगी सीगी, यानी कि पिंड वालिया दा जिहड़ा मन, हांजी वी पिंड वालिया दा इदा सी कि अपना ना मन डोल जे ते उन्हां दा सी कि उधर उन्हां दा मन डोल जे, इस करके मन ना डोले, इस करके जिहड़ा दस्या भी नहीं गया सी। सही गल है जी अपने पिंड वासी सी जदों वापस आए, किवें स्वागत होया इन्हां दा, ओह की उस तरह दा समां की सी? साडे शायद 11 दिसंबर सीगा जदों वापस आए पिंड, ਜਦੋਂ ਪਿੰਡ ਦੇ ਵਿੱਚ ਅਜੇ ਐਂਟਰ ਕਰਨ ਤੋਂ ਪਹਿਲਾਂ ਹੀ ਇੱਥੋਂ ਟਰੈਕਟਰ ਟਰਾਲੀਆਂ ਲੈ ਕੇ ਅਤੇ ਪੂਰਾ ਸਵਾਗਤ ਕੀਤਾ ਜੀ, ਚੰਗੀਆਂ ਝੁੰਡੀਆਂ ਲਾ ਕੇ। ਜਦੋਂ ਪਿੰਡ 'ਚ ਵੜੇ, ਪਿੰਡ 'ਚ ਵੜਨ ਸਾਰ ਜਿਹੜੇ ਉੱਥੇ ਨਾਲ ਗਏ ਸੀ ਉਹਨਾਂ ਨੂੰ ਸਰੂਪੇ ਦਿੱਤੇ ਅਤੇ ਪੂਰੀ ਤਹਿਲ ਸੇਵਾ ਕੀਤੀ ਜੈਕਾਰਿਆਂ ਦੇ ਵਿੱਚ ਵੀ ਜਿੱਤ ਕੇ ਆਏ ਆ ਗੁਰਦੁਆਰਾ ਸਾਹਿਬ। ਹਾਂਜੀ, ਗੁਰਦੁਆਰਾ ਸਾਹਿਬ ਸਾਰੇ ਲਾਉਣ ਲੱਗ ਸੀ, ਜਿਹੜਾ ਦਿੱਲੀ ਤੋਂ ਜਿੰਨੇ ਜੋ ਸ਼ੁਕਰ ਸਾਡੇ ਪਿੰਡ ਵਾਸੀ ਸਾਰੇ ਜੋ ਸ਼ੁਕਰ ਅੱਛਾ, ਅਸੀਂ ਇੱਥੋਂ ਗਏ ਸੀ ਮੋਰਚਾ ਲਾਉਣ ਲਈ, ਉਸ ਤੋਂ ਦੁੱਗਣੇ ਜੋ ਸ਼ੁਕਰ ਉਸ ਨਾਲ ਸਾਡਾ ਪਿੰਡ ਆ ਕੇ ਸਵਾਗਤ ਹੋਇਆ। ਉਸੇ ਦੀ ਖੁਸ਼ੀ 'ਚ ਅੱਜ ਅਸੀਂ 1 ਸਾਲ ਦਾ ਫਤਿਹ ਮੋਰਚਾ ਦਿਵਸ ਮਨਾ ਰਹੇ ਹਾਂ। ਇੱਥੇ ਵਾਪਸ ਮੁੜਿਆਂ ਦਾ ਔਰਤਾਂ ਨੇ ਵੀ ਬਹੁਤ ਇਕੱਠੇ ਹੋ ਕੇ ਸਵਾਗਤ ਕੀਤਾ ਜੀ। ਅੱਛਾ, ਮੈਂ ਇਹ ਗੱਲ ਆਪਣੀ ਰਹਿ ਗਈ ਕਰਨੀ ਕਿ ਬੱਚਿਆਂ ਦਾ ਤਾਂ ਜਿਹੜਾ ਵੀ ਸੀਗੇ ਉਸ ਟਾਈਮ ਬੜਾ ਉਤਸ਼ਾਹ ਸੀ ਕਿ ਬੱਚਿਆਂ ਨੂੰ ਵੀ ਜਿਵੇਂ ਉਹਨਾਂ ਨੇ ਇਸ ਤਰ੍ਹਾਂ ਦਾ ਤਾਂ ਕਦੇ ਕੁਛ ਸੋਚਿਆ ਨਹੀਂ ਸੀ ਕਿ ਉਹਨਾਂ ਨਾਲ ਕਦੇ ਹੋਊਗਾ, ਅਤੇ ਬੱਚਿਆਂ ਦਾ ਵੀ ਬੜਾ ਯੋਗਦਾਨ ਰਿਹਾ ਸੀ, ਉਹਨਾਂ ਨੇ ਹੌਸਲਾ ਅਫਜਾਈ, ਉੱਥੇ ਵੀ ਜਾਂਦੇ ਰਹੇ ਬੱਚੇ, ਇੱਥੇ ਵੀ ਬੜਾ ਹੌਸਲਾ ਅਫਜਾਈ ਉਹਨਾਂ ਨੇ ਜਿਵੇਂ ਕਰਦੇ ਰਹੇ ਆ, ਔਰਤਾਂ ਦਾ ਸਹਿਯੋਗ ਵੀ ਰਿਹਾ, ਉਹ ਕਿਸ ਤਰ੍ਹਾਂ ਦਾ ਸਹਿਯੋਗ ਸੀ ਇਹਨਾਂ ਦਾ? ਸਾਡਿਆਂ ਭਤੀਜਾ ਹੀ ਆ ਜੀ, ਮੇਰਾ ਗਿੰਨੀ ਕਹਿ ਦਿੰਦੇ ਹਾਂ ਅਸੀਂ, ਛੋਟਾ ਨਾਂ ਵਾ, ਅਤੇ ਉਹਨਾਂ ਦੀ ਬੇਟੀ ਆ 7-8 ਸਾਲ ਦੀ। ਤੁਸੀਂ ਵੇਖੋ ਵੀ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੀਆਂ ਸਟੇਜਾਂ ਸੀ ਉਹਦੇ 'ਤੇ ਉਹ ਕਵਿਤਾਵਾਂ ਅਤੇ ਗੀਤ ਬੋਲਦੀ ਰਹੀ ਆ, ਠੀਕ ਨਾ, ਵੀ ਇੰਨਾ ਉਹਦੇ 'ਚ ਜੋਸ਼ ਭਰਿਆ ਸੀਗਾ। ਫਿਰ ਉਹ ਆਪਦੀ ਕਲਾਸ ਦੇ ਬੱਚਿਆਂ ਨੂੰ ਇਕੱਠੇ ਕਰਕੇ ਬਠਿੰਡਾ ਦੇ ਵਿੱਚ ਚੌਕ ਦੇ ਉੱਤੇ ਇਕੱਠੇ ਕਰਕੇ ਰੋਸ ਪ੍ਰਦਰਸ਼ਨ ਕਰਤੀ ਜੀ, ਪੂਰਾ ਬੱਚਿਆਂ ਨੇ ਯੋਗਦਾਨ ਦਿੱਤਾ ਜੀ, ਪਿੰਡ ਵਾਲਿਆਂ ਨੇ ਵੀ ਦਿੱਤਾ। ਹਾਂਜੀ, ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਸ਼ਹੀਦੀਆਂ ਪਾਈਆਂ, ਆਪਣੇ ਪਿੰਡ ਦੇ ਵਿੱਚ ਤਾਂ ਇੱਦਾਂ ਦੀ ਕੋਈ ਘਟਨਾ ਨਹੀਂ। ਸਾਡੇ ਸਰ ਚਾਚਾ ਜੀ ਦੀ ਥੋੜ੍ਹੀ ਸੱਟ ਲੱਗੀ ਸੀ ਉਸ ਟਾਈਮ ਜੀ, ਇਹ ਵੀ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਜਲਦੀ ਠੀਕ ਹੋ ਗਏ ਸੀਗੇ ਜੀ। ਫਿਰ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਜਿਵੇਂ ਗਏ ਸੀ ਚੜ੍ਹਦੀ ਕਲਾ ਨਾਲ, ਉਨੀ ਚੜ੍ਹਦੀ ਕਲਾ ਨਾਲ ਹੀ ਵਾਪਸ ਆਏ ਹਾਂ। ਜਿਹੜੇ ਪੰਜਾਬੀ ਕੋਈ ਪਿੰਡ ਵਾਲਾ ਸ਼ਹੀਦ ਹੋ ਕੇ ਆਉਂਦਾ ਸੀਗਾ ਜੀ ਕਿਸੇ ਪਿੰਡ ਦਾ, ਉੱਥੋਂ ਸਾਡੇ ਪਿੰਡ ਦੇ 5-7 ਬੰਦੇ ਜ਼ਰੂਰ ਉਹਨਾਂ ਦੇ ਸੰਸਕਾਰ ਤੇ ਪ੍ਰਗਟ ਕਰਨ ਵਾਸਤੇ ਜਾਂਦੇ ਹੁੰਦੇ ਸੀ। ਸੋ ਅੱਜ ਦਾ ਦਿਨ ਆਪਾਂ ਉਹਨਾਂ ਨੂੰ ਵੀ ਆਪਾਂ ਯਾਦ ਕਰਾਂਗੇ ਜਿਨ੍ਹਾਂ ਨੇ ਉਸ ਵੇਲੇ ਸ਼ਹੀਦੀਆਂ ਪਾਈਆਂ ਨੇ। ਸੋ ਅੱਜ ਕੀ ਹੈ ਤੁਹਾਡੇ ਮਨ ਦੇ ਵਿੱਚ ਉਹਨਾਂ ਦੇ? ਬਹੁਤ ਸਤਿਕਾਰ ਆ ਜੀ, ਕੋਈ ਵੀ ਕੌਮ ਆ ਸ਼ਹੀਦਾਂ ਦੇ ਸਿਰ 'ਤੇ ਹੀ ਜਿਉਂਦੀ ਆ, ਅਤੇ ਸ਼ਹੀਦੀਆਂ ਬਿਨਾਂ ਕੋਈ ਮੋਰਚਾ ਜਿੱਤਿਆ ਵੀ ਨਹੀਂ ਜਾ ਸਕਦਾ ਗਾ। ਅਤੇ ਪਤਾ ਸੀਗਾ ਪਹਿਲਾਂ ਵੀ 1-2 ਦਿਨਾਂ 'ਚ ਸਰਕਾਰ ਨਹੀਂ ਮੰਨਣ ਵਾਲੀ, 6 ਮਹੀਨਿਆਂ ਦੀ ਤਿਆਰੀ ਕਰਕੇ ਗਏ ਸੀਗੇ। ਜਦੋਂ 6 ਮਹੀਨਿਆਂ ਦੀ ਤਿਆਰੀ ਹੋ ਗਈ, ਉਦੋਂ ਅਗਲੇ 2 ਸਾਲਾਂ ਦੀ ਤਿਆਰੀ ਕੀਤੀ ਵੀ ਹੁਣ ਇਹ ਨਹੀਂ ਮੰਨਦੀ ਸਰਕਾਰ, ਅਗਲੇ 2 ਸਾਲਾਂ ਦੀ ਤਿਆਰੀ ਆ, 2 ਸਾਲਾਂ ਤੋਂ ਆਪਾਂ ਹੋਰ 2-4 ਸਾਲਾਂ ਦੀ ਅੱਗੇ ਕਰ ਲਵਾਂਗੇ, ਠੀਕ ਹੈ ਨਾ। ਬਹੁਤ ਸਤਿਕਾਰ ਆ ਦਿਲ ਦੇ ਵਿੱਚ ਬਣਿਆ ਵੀ ਇੱਥੋਂ ਪਿੰਡ ਵਾਲੇ ਸੀਗੇ, ਜਦੋਂ ਵੀ ਕੋਈ ਸ਼ਹੀਦ ਹੋ ਕੇ ਕਿਸੇ ਪਿੰਡ ਦਾ ਆਉਂਦਾ ਸੀਗਾ ਇੱਥੇ, ਉਹਨਾਂ ਦਾ ਦੁੱਖ ਪ੍ਰਗਟ ਕਰਨ ਵਾਸਤੇ ਪਹੁੰਚਦੇ ਹੁੰਦੇ ਸੀਗੇ। ਬਾਕੀ ਸਾਡੇ ਗੁਰਦੁਆਰਾ ਸਾਹਿਬ 14 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਦੀ ਯਾਦ ਦੇ ਵਿੱਚ ਮੇਲਾ ਲੱਗਦਾ ਜੀ,
उस मेले के उत्ते उन्होंने शहीदों सपैदा बकायदा तौर पर श्रद्धांजलि दी जी असं जी। हाँ जी, सो तुसी सारा असी वाक्यांश थोड़े नाल सांझा किया है किस तरह नाल पिंड थेड़ी भाईका दे जिहड़े नौजवान सी बुजुर्ग उन्होंने जिदा ही कॉल आई संयुक्त किसान मोर्चे दे वल्लों उन्होंने चाले पाए दिल्ली दी बुरोहा वल नूं और नाल नाल की उन्होंने वो सारा जो जित तो बाद जिस तरह का भी उन्होंने नाल जो उन्होंने जिन्हों का भी उन्होंने नाल जो तसीहे होए उन्होंने वह सारी दी सारी उत्थे जिस तरह नाल भी उन्होंने जिवें उन्होंने रहन बसेरा सी वह सारा जिन्ना भी मटीरियल उत्थे उन्होंने यूज़ किया वह सारा पिंड दे विच ले आंदा हुण उन्होंने यादगार दे तौर ते इस उस सारी याद नूं इत्थे समेटिया होया है हर एक त्यौहार इत्थे मनांदे ने ते तुसी वेख सकदे हो पिंड वासी अज भी उसे तरह नाल इकट्ठे होए ने जिस तरह नाल कॉल आई है उस कॉल दे आधार दे उत्ते उस तरह नाल ही जिहड़े उस दिन नूं अज इस दिवस नूं जिहड़ा मना रहे ने। सो फिलहाल मैनूं दो इजाजत, मैं मिलूंगा तुहानूं नवीं अपडेट दे नाल। धन्नवाद।